ਲਗਾਤਾਰ ਪਿਛਲੇ ਸਮਿਆਂ ਤੋਂ ਦਿਵਿਆਂਗ ਦਿਵਿਆਂਗ ਸਹਾਇਤਾ ਕੈਂਪ ਲਗਾਤਾਰ ਜੋ ਚਲਾਇਆ ਜਾ ਰਿਹਾ ਹੈ, ਇਸ ਇਲਾਕੇ ਦੇ ਲੋਕਾਂ ਨੂੰ ਜੋ ਸਹੂਲਤ ਦਿੱਤੀ ਜਾ ਰਹੀ ਆ, ਅੱਜ ਉਸ ਸੰਬੰਧੀ ਅਸੀਂ ਭਾਰਤ ਵਿਕਾਸ ਪਰਿਸ਼ਦ ਦੇ ਇਸ ਭਵਨ ਵਿੱਚ ਆਏ ਹਾਂ। ਇੱਥੋਂ ਦੇ ਇਹਨਾਂ ਦੇ ਸੰਸਥਾ ਦੇ ਮੁਖੀ ਅਤੇ ਪੂਰੀ ਟੀਮ, ਇਹਨਾਂ ਦੇ ਪ੍ਰੋਜੈਕਟ ਆਫਿਸਰ, ਸਾਡੇ ਆਪਣੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਬਾਕੀ ਸਾਰੇ ਟੀਮ ਦੇ ਵਰਕਰ ਸਾਡੇ ਦਰਮਿਆਨ ਨੇ। ਅੱਜ ਅਸੀਂ ਇਹਨਾਂ ਨਾਲ ਪੁੱਛਾਂਗੇ ਕਿ ਇਹ ਕਾਰਵਾਈ ਕਿਸ ਕਿਸਮ ਦੀ ਚੱਲ ਰਹੀ ਆ, ਅਤੇ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਭਗਵਾਨ ਜੀ, ਤੁਹਾਡਾ ਪ੍ਰੋਗਰਾਮ ਕੀ ਹੈ ਜੀ? ਇਹ ਭਾਰਤ ਵਿਕਾਸ ਪਰਿਸ਼ਦ ਦਾ ਬਹੁਤ ਪਿਛਲੇ 30 ਸਾਲਾਂ ਤੋਂ ਕੰਮ ਚੱਲ ਰਿਹਾ ਦਿਵਿਆਂਗ ਸਹਾਇਤਾ ਕੈਂਪ ਦਾ ਜੀ। ਇਹ ਲੁਧਿਆਣੇ ਸਾਡੇ ਚੈਰੀਟੇਬਲ ਟਰੱਸਟ ਬਣਿਆ ਹੋਇਆ ਹੈ, ਉੱਥੇ ਦਿਵਿਆਂਗਾਂ ਨੂੰ ਹਰ ਤਰ੍ਹਾਂ ਦੇ ਮੁਨਾਫੀਆਂ ਬਣਾ ਕੇ ਦਿੱਤੇ ਜਾਂਦੇ ਜੀ, ਉੱਥੇ ਇਹ ਬਣਾਏ ਜਾਂਦੇ ਨੇ ਅਤੇ ਅਸੀਂ ਇਹਦੀ ਲੋਕ ਪੰਜਾਬ ਦੇ ਵਿੱਚ ਜਿਹੜੀ ਸਾਡੀਆਂ ਸ਼ਾਖਾਵਾਂ ਨੇ, ਸੰਸਥਾਵਾਂ ਨੇ, ਹਰੇਕ ਸ਼ਹਿਰ ਖੋਲੀਆਂ ਹੋਈਆਂ, ਉਹ ਇਹ ਕੋਸ਼ਿਸ਼ ਕਰਦੇ ਹਨ ਕਿ ਉਸ ਸ਼ਹਿਰ ਦੇ, ਉਸ ਇਲਾਕੇ ਦੇ ਜਿੰਨੇ ਵੀ ਦਿਵਿਆਂਗ ਨੇ ਉਹਨਾਂ ਨੂੰ ਲੱਤਾਂ ਬਾਹਾਂ ਜਿਹੜੀਆਂ ਬਣਾਵਟੀ ਅਸੀਂ ਬਣਾ ਕੇ ਦਈਏ, ਟਰਾਈਸਾਈਕਲਾਂ ਨੂੰ ਟਰਾਈਸਾਈਕਲ ਦਈਏ, ਵੀਲਚੇਅਰਾਂ ਨੂੰ ਵੀਲਚੇਅਰ ਦਈਏ, ਔਰ ਜਿਹਨੂੰ ਕੈਲੀਪਰ ਚਾਹੀਦਾ, ਕੰਨਾਂ ਦੀ ਮਸ਼ੀਨ ਚਾਹੀਦੀ ਹੈ, ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਅੱਛਾ। ਇਹ 30 ਸਾਲ ਦਾ ਸਾਡਾ ਪ੍ਰਯਾਸ ਚੱਲ ਰਿਹਾ, ਹਰ ਸਾਲ ਅਸੀਂ 2 ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਕੈਂਪ ਲਾਇਆ ਜਾਵੇ, ਤਾਂ ਇਸ ਵਾਰੀ ਇਹ ਸਾਲ ਦਾ ਨਵਾਂ ਪਹਿਲਾ ਪ੍ਰੋਜੈਕਟ ਹੈ ਜੀ। ਅਤੇ ਪਿਛਲੇ ਸਾਲ ਅਸੀਂ ਦਸੰਬਰ 'ਚ ਲਗਾਇਆ ਸੀ, ਉਦੋਂ ਤਕਰੀਬਨ 50 ਦੇ ਕਰੀਬ ਲਾਭਾਰਥੀ ਸੀਗੇ, ਜਿਹਨਾਂ ਨੂੰ 50 ਬੰਦਿਆਂ ਨੂੰ ਲਾਭ ਮਿਲਿਆ ਸੀ। ਅਤੇ ਅੱਜ ਵੀ ਸਾਨੂੰ ਲੱਗਦਾ ਵੀ 40 ਬੰਦਿਆਂ ਦਾ ਲਾਭ ਮਿਲੇਗਾ, 40 ਬੰਦਿਆਂ ਨੂੰ, ਥੋੜ੍ਹੇ ਨਜ਼ਦੀਕ ਟਾਈਮ ਨਾਲ ਲੱਗ ਗਿਆ ਇਹ, ਪਰ ਫਿਰ ਵੀ ਸਾਡਾ ਪ੍ਰਯਾਸ ਇਹ ਜਾਰੀ ਰਹੇਗਾ ਕਿ ਜਿੰਨੇ ਅਸੀਂ ਸਾਡੇ ਜਿਹੜੇ ਸੀਨੀਅਰਸ ਨੇ ਲੁਧਿਆਣੇ ਤੋਂ ਨੇ, ਪੰਜਾਬ 'ਚ ਬੈਠੇ ਨੇ ਜਾਂ ਨੈਸ਼ਨਲ ਲੈਵਲ ਦਿੱਲੀ ਬੈਠੇ ਨੇ, ਉਹਨਾਂ ਦਾ ਏਮ ਹੈ ਵੀ ਸਾਰੇ ਪੰਜਾਬ ਨੂੰ, ਸਾਰੇ ਦੇਸ਼ ਨੂੰ ਅਸੀਂ ਦਿਵਿਆਂਗ ਮੁਕਤ ਕਰੀਏ। ਕਿਸੇ ਨੂੰ ਵੀ ਇਹਦਾ ਪ੍ਰੋਬਲਮ ਰਹੇ ਵੀ ਉਹ ਮਿਲਣ ਲੱਤ ਨਹੀਂ ਹੈ, ਮੇਰੀ ਬਾਂਹ ਨਹੀਂ ਹੈ, ਨਹੀਂ ਸਕਦਾ। ਇਹਨਾਂ ਨੇ ਬਹੁਤ ਹੀ ਇੱਕ ਸ਼ਾਨਦਾਰ ਗੱਲ ਕਰੀ ਆ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਦਿਵਿਆਂਗ ਮੁਕਤ ਭਾਰਤ ਜਿਸ ਦੇ ਵਿੱਚ ਕੋਈ ਅਪਾਹਜ ਨਾ ਹੋਵੇ, ਕੋਈ ਬੇਸਹਾਰਾ ਨਾ ਹੋਵੇ, ਕੋਈ ਇਸ ਕਿਸਮ ਦਾ ਵਿਅਕਤੀ ਨਾ ਹੋਵੇ ਜਿਹਨੂੰ ਕੋਈ ਸਹਾਰਾ ਨਾ ਮਿਲਿਆ ਹੋਇਆ ਹੋਵੇ। ਭਾਰਤ ਵਿਕਾਸ ਪਰਿਸ਼ਦ ਵੱਲੋਂ ਇਹ ਜਿਹੜਾ ਇੱਕ ਨਵਾਂ ਉਦੇਸ਼ ਹਿੰਦੁਸਤਾਨ ਲਈ ਲੈ ਕੇ ਚੱਲਿਆ ਜਾ ਰਿਹਾ, ਇਹ ਬਹੁਤ ਸ਼ਲਾਘਾ ਦੇ ਪਾਤਰ ਨੇ। ਅਤੇ ਅਸੀਂ ਇੱਥੋਂ ਦੇ ਮਰੀਜ਼ਾਂ ਨੂੰ ਮਿਲੇ ਹਾਂ, ਉਹ ਸਾਰੇ ਸੰਤੁਸ਼ਟ ਨੇ ਇਹਨਾਂ ਤੋਂ, ਅਤੇ ਉਹਨਾਂ ਨੂੰ ਉਮੀਦ ਆ ਕਿ ਇਹਨਾਂ ਵੱਲੋਂ ਹੋਰ ਸਹਾਇਤਾ ਲਗਾਤਾਰ ਮਿਲਦੀ ਰਹੇਗੀ। ਇਹਨਾਂ ਨੇ ਅੱਛੇ ਡਾਕਟਰ ਦਾ ਵੀ ਪ੍ਰਬੰਧ ਕਰ ਰੱਖਿਆ, ਅਤੇ ਸਹੂਲਤਾਂ ਵੀ ਦੇ ਰਹੇ ਨੇ, ਪ੍ਰੋਜੈਕਟ ਆਫਿਸਰ ਵੀ ਸਾਡੇ ਨਾਲ ਨੇ। ਆਪਣਾ ਕੀ ਨਾਂ ਜੀ? ਮੈਂ ਮੰਗਤ ਰਾਮ ਅਰੋੜਾ ਜੀ। ਅੱਜ ਦਾ ਜਿਹੜਾ ਇਹ ਬਹੁਤ ਵੱਡਾ ਸਮਾਜ ਸੇਵਾ ਦਾ ਉਪਰਾਲਾ, ਸਾਡੇ ਆਦਰਣੀ ਪ੍ਰਧਾਨ ਸ਼੍ਰੀ ਸੁਬੋਧ ਮਿੱਤਲ ਜੀ ਜੀ, ਜੋ ਇਹ ਸੰਸਥਾ ਦੇ ਮੁਖੀ ਨੇ, ਔਰ ਤ੍ਰਿਵੇਣੀ ਸ਼ਾਖਾ ਦੇ ਸਹਿਯੋਗ ਨਾਲ ਜੀ, ਸਾਡੇ ਸੈਕਟਰੀ ਭਾਂਬਰੀ ਜੀ, ਔਰ ਕੈਸ਼ੀਅਰ ਸਾਡੇ ਜਿਹੜੇ ਅਸੂਤ ਸਾਹਿਬ, ਔਰ ਸਾਡੇ ਜਿਹੜੇ ਮਾਸਟਰ ਆਫ ਦਾ ਸੈਰੇਮਨੀ ਸਾਡੇ VM ਸ਼ਰਮਾ ਜੀ, ਔਰ ਪ੍ਰੋਜੈਕਟ ਦੇ ਵਿੱਚ ਜੋ ਐਡਵੋਕੇਟ ਬਸੀਨ ਜੀ, ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਬਸੀਨ ਜੀ, ਸਾਡੇ ਬਸੀਨ ਸਾਹਿਬ ਐਡਵੋਕੇਟ ਇਹ ਪ੍ਰੋਜੈਕਟ ਦੇ ਵਿੱਚ, ਪ੍ਰੋਜੈਕਟ ਡਾਇਰੈਕਟਰ ਨੇ, ਸੂਤ ਸਾਹਿਬ ਨੇ, ਇਹ ਸਾਡੇ ਖਜਾਨਚੀ ਨੇ, ਇੱਧਰ ਪ੍ਰਧਾਨ ਸਾਹਿਬ ਨੇ, ਸਾਡੇ ਸੁਬੋਧ ਮਿੱਤਲ ਜੀ, ਸਾਡੇ ਮਾਸਟਰ ਆਫ ਸੈਰੇਮਨੀ VM ਸ਼ਰਮਾ ਜੀ, ਔਰ ਸੈਕਟਰੀ ਸਾਡੇ ਭਾਂਬਰੀ ਸਾਹਿਬ, ਇਹਨਾਂ ਦੇ ਸਾਰੇ ਦਿਨ ਰਾਤ ਅਥਕ ਪ੍ਰਯਤਨਾਂ ਦੇ ਨਾਲ ਇਹ ਲੁਧਿਆਣਾ ਦੀ ਹੈੱਡਕੁਆਰਟਰ ਸਹਿਯੋਗ ਦੇ ਨਾਲ ਹੀ ਅੱਜ ਕੈਂਪ ਲਗਾਇਆ ਗਿਆ, ਜਿਹਦੇ 'ਚ ਮੈਂ ਇਹ ਗੱਲ ਬੜੇ ਤੁਹਾਨੂੰ ਖੁਸ਼ੀ ਦੇ ਨਾਲ ਦੱਸਣਾ ਚਾਹਾਂਗਾ ਕਿ ਲੋਕਾਂ ਨੇ ਬੜਾ ਹੀ ਇਹਦੇ ਪਾਰਟੀਸਪੇਟ ਕੀਤਾ, ਔਰ ਅੱਜ ਦਾ ਜੋ ਕੈਂਪ ਹੈ ਇਸ ਨੂੰ ਸਫਲ ਇਸ ਕਰਕੇ ਕਿਹਾ ਜਾ ਸਕਦਾ ਕਿ ਅੱਜ ਇਹਦੇ ਵਿੱਚ 15 ਦੇ ਕਰੀਬ ਅਸੀਂ ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ, 5 ਟਰਾਈਸਾਈਕਲ ਦਿੱਤੇ ਜਾ ਰਹੇ ਨੇ, 2 ਵੀਲਚੇਅਰ ਦਿੱਤੀਆਂ ਜਾ ਰਹੀਆਂ ਨੇ, ਔਰ ਤਕਰੀਬਨ 4 ਤੋਂ 5 ਵਿਅਕਤੀ ਹੈ ਜੀ ਜਿਨ੍ਹਾਂ ਦੀ ਲੱਤਾਂ ਬਿਲਕੁਲ ਹੈ ਨਹੀਂ, ਉਹਨਾਂ ਨੂੰ ਲੱਤਾਂ ਲਗਾਈਆਂ ਜਾ ਰਹੀਆਂ। ਇਸ ਤੋਂ ਬਾਅਦ ਵੀ ਕੋਈ ਫੰਕਸ਼ਨ ਹੋਊਗਾ ਜੀ? ਇਸ ਤੋਂ ਬਾਅਦ ਇਹ ਜਿਹੜਾ ਸੈਰੇਮਨੀ ਹੈ ਇਸ ਨੂੰ ਐਕਟ ਨੂੰ ਰੂਪ ਦਿੱਤਾ ਜਾਏਗਾ 11 ਤਰੀਕ ਨੂੰ, 11 ਮਈ ਨੂੰ, ਔਰ ਅਸੀਂ ਉਮੀਦ ਕਰਦੇ ਹਾਂ ਕਿ ਉਸ ਦਿਨ ਵੀ ਅਗਰ ਕੋਈ ਪੇਸ਼ੈਂਟ ਅਜਿਹਾ ਆਉਂਦਾ ਹੈ ਤਾਂ ਉਸ ਨੂੰ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਔਰ ਅਸੀਂ ਇਹ ਸਮਾਜ ਨੂੰ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਕੋਈ ਵੀ ਅਜਿਹਾ ਮਰੀਜ਼ ਜਿਹੜਾ ਇਸ ਤਰ੍ਹਾਂ ਦਾ ਹੋਵੇ ਦਿਵਿਆਂਗ, ਉਹਦੀ ਸਹਾਇਤਾ ਲਈ ਇਹ ਸੰਸਥਾ ਸਾਡੀ ਹਮੇਸ਼ਾ ਹੀ ਤਿਆਰ ਹੈ। ਉਹ ਕਿਸੇ ਵੀ ਟਾਈਮ ਸਾਡੇ ਪ੍ਰਧਾਨ ਨੂੰ ਜਾਂ ਸੈਕਟਰੀ ਨੂੰ ਜਾਂ ਖਜ਼ਾਨਚੀ ਨੂੰ ਜਾਂ ਜਿਹੜੇ ਇਸ ਨਾਲ ਜੁੜੇ ਨੇ ਕਦੇ ਵੀ ਕੰਟੈਕਟ ਕਰਕੇ ਇਹ ਸਹਾਇਤਾ ਹਾਸਲ ਕਰ ਸਕਦੇ ਨੇ। ਹਾਂਜੀ ਮਰੀਜ਼ ਮੋਹਨ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮਾਮਲੇ 'ਚ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਧੰਨਵਾਦ ਔਰ ਸ਼ਾਬਾਸ਼ੀ ਹੈ
ਸ਼੍ਰੀ ਸਤੀਸ਼ ਵਰਮਾ ਜੀ ਦੀ। ਠੀਕ ਹੈ। ਲੁਧਿਆਣਾ ਸਾਈਕਲ ਇੰਡਸਟਰੀ ਵਾਲੇ ਜਿਨ੍ਹਾਂ ਨੇ ਆਪਣੇ ਪੂਜ ਪਿਤਾ ਸ਼੍ਰੀ ਰਣਦੀਪ ਚੰਦ ਵਰਮਾ ਜੀ ਦੀ ਯਾਦ ਦੇ ਵਿੱਚ ਇਸ ਕੈਂਪ ਦਾ ਆਯੋਜਨ ਕਰਵਾਇਆ ਔਰ ਕੈਂਪ ਦੀ ਇਹਨਾਂ ਨੇ ਬਹੁਤ ਬੜੀ ਸਾਨੂੰ ਸਾਡੀ ਸਾਡਾ ਸਹਿਯੋਗ ਕੀਤਾ। ਮਰੀਜ਼ਾਂ ਵਾਸਤੇ ਚਾਹ ਪਾਣੀ ਲੰਗਰ ਦਾ ਪ੍ਰੋਗਰਾਮ ਹੈ ਔਰ ਠੀਕ ਹੈ ਚੀਜ਼ ਹਰ ਵਿਕਾਸ ਪਰਿਸ਼ਦ ਇਨਸ਼ੋਰ ਕਰਦੀ ਹੈ ਹਰ ਕੈਂਪ ਦੇ ਵਿੱਚ ਕਿ ਮਹਿਜ਼ ਗੱਲਾਂ ਨਹੀਂ ਹੁੰਦੀਆਂ, ਜਿਸ ਨੂੰ ਆਈਡੈਂਟੀਫਾਈ ਕਰ ਦਿੱਤਾ ਜਾਂਦਾ ਜਿਸ ਚੀਜ਼ ਵਾਸਤੇ ਉਸ ਨੂੰ ਉਹ ਚੀਜ਼ ਦਿੱਤੀ ਜਾਂਦੀ ਹੈ, ਚਾਹੇ ਉਹ ਕਿਸੇ ਦੀ ਬਾਜੂ ਹੈ, ਚਾਹੇ ਕਿਸੇ ਦੀ ਲੱਤ ਹੈ, ਹੇਰੀ ਪੇਡ ਹੈ, ਵੀਲ ਚੇਅਰ ਹੈ, ਟ੍ਰਾਈਸਾਈਕਲ ਹੈ, ਕੈਲੀਪਰ ਹੈ, ਕੋਈ ਵੀ ਆਰਟੀਫਿਸ਼ਲ ਲਿੰਬ ਹੈ ਜਿਹਨੂੰ ਯੈਸ ਹੋ ਗਈ ਉਸ ਨੈਕਸਟ ਡੇਟ 'ਤੇ ਕਾਲ ਕਰਕੇ ਫੰਕਸ਼ਨ ਕਰਕੇ ਉਹਦੇ ਵਿੱਚ ਉਹ ਚੀਜ਼ ਨੂੰ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ ਔਰ ਅਸੀਂ ਕਿਹਾ ਚਾਹੁੰਦੇ ਹਾਂ ਕਿ ਸਾਡਾ ਸਾਰਾ ਹਾਰਟ ਵਰਕ ਜਿਹੜਾ ਹੈਗਾ ਇਹ ਦਿਵਿਆਂਗਾਂ ਮੁਕਤ ਹੋਵੇ, ਬਹੁਤ ਵਧੀਆ, ਕੋਈ ਐਸਾ ਨਾ ਹੋਵੇ, ਬਹੁਤ ਵਧੀਆ, ਬਹੁਤ ਵਧੀਆ, ਬਾਹ ਨਹੀਂ ਹੈ ਜਾਂ ਮੇਰੀ ਲੱਤ ਨਹੀਂ ਹੈ, ਇਹੀ ਸਾਡਾ ਇੱਕ ਪ੍ਰਯਾਸ ਹੈ। ਧੰਨਵਾਦ ਜੀ। ਮੈਂ ਰਵੀਰ ਸਿੰਘ ਅਤੇ ਪਰਮਜੀਤ ਸੇਤੀਆ ਜੀ, ਅਸੀਂ ਅੱਜ ਇੱਥੇ ਭਾਰਤ ਵਿਕਾਸ ਪ੍ਰੀਸ਼ਦ ਦੇ ਭਵਨ ਵਿੱਚ ਬੈਠੇ ਹਾਂ। ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦਿਵਿਆਂਗ ਸਹਾਇਤਾ ਕੈਂਪ ਲਗਾਇਆ ਗਿਆ। ਬੜੇ ਲੰਮੇ ਸਮੇਂ ਤੋਂ ਇਹ ਸੰਸਥਾ ਵੱਖ ਵੱਖ ਖੇਤਰਾਂ 'ਚ ਲੋਕਾਂ ਨੂੰ ਸੇਵਾ ਮੁਹੱਈਆ ਕਰਾਉਂਦੀ ਆ, ਮਦਦ ਕਰਦੀ ਆ, ਸਹਿਯੋਗ ਕਰਦੀ ਆ। ਇਸ ਸੰਸਥਾ ਨੂੰ ਰਾਸ਼ਟਰਪਤੀ ਦਾ ਅਵਾਰਡ ਵੀ ਮਿਲ ਚੁੱਕਿਆ ਹੈ। ਅੱਜ ਅਸੀਂ ਇੱਥੇ ਬੈਠੇ ਹਾਂ ਕਿ ਜਦੋਂ ਕਿ ਬਹੁਤ ਸਾਰੇ ਸਾਡੇ ਦਿਵਿਆਂਗ ਉਹ ਲੋਕ ਵੀ ਬੈਠੇ ਨੇ ਜਿਹੜੇ ਕਿ ਇਹਨਾਂ ਨੂੰ ਇਸ ਸੰਸਥਾ ਵੱਲੋਂ ਸਹਿਯੋਗ ਦੇਣਾ, ਇਹਨਾਂ ਨਾਲ ਕੋਆਪਰੇਸ਼ਨ ਕਰਨੀ ਆ। ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਗੱਲਬਾਤ ਕਰਦਾ ਡਾਕਟਰ ਸਾਹਿਬ। ਡਾਕਟਰ ਸਾਹਿਬ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਆਨੰਦ ਪ੍ਰਕਾਸ਼ ਤਿਵਾੜੀ ਹੈ। ਆਨੰਦ ਪ੍ਰਕਾਸ਼ ਤਿਵਾੜੀ ਜੀ, ਡਾਕਟਰ ਸਾਹਿਬ ਤੁਸੀਂ ਕਦੇ ਤੁਹਾਡੀ ਮਹਾਰਤ ਕਿਹੜੇ ਖੇਤਰ ਵਿੱਚ? ਸਰ ਅਸੀਂ ਜੋ ਦਿਵਿਆਂਗ ਲੋਕ ਹਮਾਰੇ ਦਿਵਿਆਂਗ ਲੋਕ ਹੈ ਜਿਨਕੇ ਪੈਰ ਨਹੀਂ ਹੋਤੇ ਜਾਂ ਉਨਕੋ ਪੋਲੀਓ ਹੋਤਾ ਹੈ, ਉਨਕੋ ਸੁਣਾਈ ਨਹੀਂ ਦੇਤਾ, ਜਾਂ ਉਨਕੋ ਟ੍ਰਾਈ ਸਾਈਕਲ ਚਾਹੀਏ ਜਾਂ ਵੀਲ ਚੇਅਰ ਹੋ ਜਾਈਏ, ਉਸ ਫੀਲਡ ਮੇਂ ਹਮਾਰੀ ਮਹਾਰਤ ਹੈ, ਉਸਕੋ ਹਮ ਸਫਾਈ ਕਰਦੇ ਹੈ। ਕਸਮ ਆਪ ਕਹਾਂ ਸੇ ਹੈਂ ਆਏ ਹੈਂ? ਹਮ ਲੋਗ ਭਾਰਤ ਵਿਕਾਸ ਪਰਿਸ਼ਦ ਮੇਨ ਬ੍ਰਾਂਚ ਲੁਧਿਆਣਾ ਸੇ ਆਏ ਹੋਏ। ਇਹ ਕੈਂਪ ਹਮਾਰਾ ਭਾਰਤ ਸਰਕਾਰ ਕੀ ਤਰਫ ਸਮਾਜਿਕ ਨਿਆਂ ਔਰ ਅਧਿਕਾਰਿਤਾ ਮੰਤਰਾਲੇ ਭਾਰਤ ਸਰਕਾਰ ਔਰ ਭਾਰਤ ਵਿਕਾਸ ਪਰਿਸ਼ਦ ਕੇ ਸਹਿਯੋਗ ਨਾਲ ਲਗਾਇਆ ਜਾ ਰਹਾ ਹੈ, ਜਿਸਸੇ ਹਮ ਲੋਗ ਯਹਾਂ ਪਰ ਜੋ ਵੀ ਯਹਾਂ ਪਰ ਹਮਾਰੇ ਜ਼ਰੂਰਤਮੰਦ ਲੋਕ ਆਏਗੇ ਉਨਕੋ ਹਮ ਲੋਗ ਚੈੱਕਅਪ ਕੇ ਬਾਅਦ ਮੇਂ 11 ਤਾਰੀਖ ਕੋ 11 ਮਈ ਕੋ ਉਨਕੋ ਹਮ ਲੋਗ ਪੇਮੈਂਟ ਲੇ ਲੇ ਆਏਗੇ। ਦੱਸੋ ਕਿਸ ਕਿਸਮ ਦੀ ਜਿਹੜੀ ਹੈ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਕਮੀਆਂ ਨੇ, ਕਿਸੇ ਨੂੰ ਲੱਤ ਦੀ ਹੋ ਸਕਦੀ ਆ, ਬਾਂਹ ਦੀ ਜਾਂ ਪੋਲੀਓ ਦੀ ਹੋ ਸਕਦੀ ਆ, ਜ਼ਿਆਦਾਤਰ ਕਿਸ ਕਿਸਮ ਦੇ ਕੇਸ? ਜ਼ਿਆਦਾਤਰ ਸਰ ਹਮਾਰੇ ਜੋ ਊਚਾ ਸੁਣਨੇ ਕੇ ਲਈ ਮਸ਼ੀਨੇ ਹੈ ਉਨਕੇ ਕੇਸ ਯਹਾਂ ਪਰ ਇਸ ਮੇਂ ਆਏ ਹੋਏ ਹੈ ਔਰ ਹਮ ਲੋਗ ਅਗਰ ਪੈਰ ਨਹੀਂ ਹੈ ਕਿਸੀ ਕਾ ਹਮਾਰਾ ਮੇਨ ਪਹਿਲਾ ਉਦੇਸ਼ ਹੈ ਕਿ ਜਿਨਕੋ ਪੈਰ ਨਹੀਂ ਹੈ ਜਾਂ ਉਨਕੋ ਪੋਲੀਓ ਹੈ ਉਨਕੋ ਸਪੋਰਟ ਕਰਨਾ ਔਰ ਉਨਕੋ ਚੱਲਨੇ ਕੇ ਯੋਗ ਬਣਾ ਦੇਣਾ ਹਮਾਰਾ ਪਹਿਲਾ ਕਾਮ ਹੈ। ਡਾਕਟਰ ਸਾਹਿਬ ਤੁਸੀਂ ਇਹ ਜਿਹੜੇ ਜਿਹਨਾਂ ਲੋਕਾਂ ਨੂੰ ਘੱਟ ਸੁਣਦਾ ਤੁਸੀਂ ਇਹਨਾਂ ਦਾ ਕੋਈ ਜਿਹੜਾ ਇਹਨਾਂ ਦੀ ਆਈਡੀਓ ਦਾ ਟੈਸਟ ਵੀ ਕਰਦੇ ਹੋ ਤੁਸੀਂ ਕਿਸੇ ਨੂੰ? ਨਹੀਂ ਸਰ, ਹਮ ਲੋਕ ਉਨਕਾ ਫ੍ਰੀਕੁਐਂਸੀ ਕੇ ਇਹ ਮਸ਼ੀਨ ਲੈ ਕੇ ਆਤੇ ਹੈ ਉਨਕੋ ਚੈੱਕਅਪ ਕਰਤੇ ਹੈ ਜੀ ਔਰ ਉਸ ਹਿਸਾਬ ਸੇ ਉਨਕੋ ਮਸ਼ੀਨ ਪ੍ਰੋਵਾਈਡ ਕਰਦੇ ਹੈ। ਠੀਕ ਹੈ। ਮਸ਼ੀਨਾਂ ਤੁਸੀਂ ਆਪਣੇ ਕੋਲੋਂ ਦਿੰਦੇ ਹੋ? ਹਾਂਜੀ ਸਰ। ਇਹਨਾਂ ਵਾਂਗ ਵੀ ਪ੍ਰੋਵਾਈਡ ਕਰਦੇ ਹੋ? ਹਾਂਜੀ ਸਰ। ਇਹ ਤੁਹਾਨੂੰ ਜਿਹੜੀ ਸਾਰੀ ਸਹਾਇਤਾ ਜਿਹੜਾ ਸਾਰਾ ਖਰਚਾ ਇਹ ਕੌਣ ਕਰਦਾ? ਸਰ ਇਹ ਕੈਂਪ ਜੋ ਹਮਾਰਾ ਲਗਾਇਆ ਜਾ ਰਹਾ ਹੈ ਸਰ ਸਮਾਜਿਕ ਨਿਆਂ ਏਵਮ ਅਧਿਕਾਰਤਾ ਮੰਤਰਾਲੇ ਭਾਰਤ ਸਰਕਾਰ ਕੇ ਸਹਿਯੋਗ ਨਾਲ ਲਗਾਇਆ ਜਾ ਰਹਾ ਹੈ। ਹਮਾਰਾ ਸਰਕਾਰ ਕਾ ਯੋਗਦਾਨ ਹੈ, ਸਰਕਾਰ ਕਾ ਯੋਗਦਾਨ ਔਰ ਹਮਾਰੇ ਭਾਰਤ ਭਾਰਤ ਵਿਕਾਸ ਪਰਿਸ਼ਦ ਕੀ ਤਰਫ ਸੇ ਇਹ ਇਕੱਠੇ ਮਿਲ ਕਰ ਆਪ ਪ੍ਰੋਗਰਾਮ। ਡਾਕਟਰ ਸਾਹਿਬ ਆਪਕਾ ਬਹੁਤ ਬਹੁਤ ਸ਼ੁਕਰੀਆ, ਹਮ ਆਪਸੇ ਮਿਲਤੇ ਰਹੇਂਗੇ, ਹਮ ਕੁਛ ਪੇਸ਼ੈਂਟ ਸੇ ਬਾਤ ਕਰਤੇ ਹੈ। ਅੱਛਾ, ਪਹਿਲਾਂ ਤੁਹਾਡੇ ਸੱਟ ਲੱਗੀ ਸੀ? ਅੱਛਾ, ਤੁਸੀਂ ਉਦੋਂ 12 ਸਾਲ ਦੇ ਸੀ? ਤੈਨੂੰ ਵੀ ਇਹਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ। ਠੀਕ ਹੈ। ਇਹ ਤੋਂ ਪਹਿਲਾਂ ਕਿਸੇ ਹੋਸਪਿਟਲ ਤੋਂ ਵੀ ਦਵਾਈ ਵਗੈਰਾ ਲਈ ਹੁੰਦਾ ਹੈ? ਬਚਪਨ 'ਚ ਕੀ ਕਰ, ਬਚਪਨ 'ਚ ਤੈਨੂੰ ਪਰਿਵਾਰ ਵੱਲੋਂ ਕੋਈ ਜਿਹੜੀ ਦਵਾਈ ਪਿਲਾਉਂਦੇ ਹੁੰਦੇ ਆ? ਉਹ
ਉਹ ਅਪਲਾਈ ਨਹੀਂ ਸੀ ਉਸ ਟਾਈਮ ਚੱਲਦਾ ਨਹੀਂ ਸੀ ਕਿੱਥੋਂ ਦੇ ਰਹਿਣ ਵਾਲੇ ਹੋ ਬੇਟਾ ਤੁਸੀਂ ਬਿਹਾਰ ਦੇ ਬਿਹਾਰ ਦੇ ਰਹਿਣ ਵਾਲੇ ਹੋ ਦੇਖੋ ਇਹ ਵੀ ਜ਼ਰੂਰਤਾਂ ਅਸੀਂ ਪੇਰੈਂਟਸ ਨੂੰ ਮਾਪਿਆਂ ਨੂੰ ਅਤੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪੋਲੀਓ ਦੇ ਡਰੋਪਸ ਨੇ ਬਚਪਨ 'ਚ ਹੀ ਬੱਚਿਆਂ ਨੂੰ ਪਿਲਾਉਣੇ ਚਾਹੀਦੇ ਨੇ ਜੇ ਅਗਰ ਅਸੀਂ ਉਦੋਂ ਖਿਆਲ ਰੱਖੀਏ ਸਰਕਾਰ ਵੱਲੋਂ ਬਹੁਤ ਜ਼ਿਆਦਾ ਪ੍ਰਬੰਧ ਆ ਸੰਸਥਾਵਾਂ ਵੱਲੋਂ ਪ੍ਰਬੰਧ ਆ ਅਗਰ ਅਸੀਂ ਉਦੋਂ ਹੀ ਖਿਆਲ ਰੱਖੀਏ ਤਾਂ ਸ਼ਾਇਦ ਅਸੀਂ ਇਸ ਸਟੇਜ ਦੇ ਉੱਪਰ ਨਾ ਪਹੁੰਚ ਸਕੀਏ ਸ਼ੁਕਰੀਆ ਹਾਂ ਬੇਟਾ ਤੁਸੀਂ ਹਾਂ ਬੇਟਾ ਕੀਤਾ ਜੀ ਤੁਹਾਡਾ ਕੀ ਲੱਗਦਾ ਹੈ ਹਾਂਜੀ ਤੁਹਾਡਾ ਬੇਟਾ ਅੱਛਾ ਕੀ ਦਿੱਕਤ ਹੈ ਇਹਦੇ ਪੈਰ ਨਹੀਂ ਚੱਲ ਸਕਦੇ ਹੱਥ ਨਹੀਂ ਚੱਲ ਸਕਦੇ ਬੋਲਦਾ ਹੈ ਸੁਣਦਾ ਹੈ ਸੁਣਦਾ ਠੀਕ ਆ ਦੇਖਦਾ ਵੀ ਠੀਕ ਆ ਬੋਲ ਨਹੀਂ ਸਕਦਾ ਕੀ ਗੱਲ ਹੋ ਗਈ ਸੀ ਹੁਣ ਕਿੰਨੇ ਸਮੇਂ ਦਾ ਸੀ ਜੀ ਉਹ ਡੇਢ ਦੋ ਸਾਲ ਦਾ ਸੀ ਜਦੋਂ ਹੋਸਪਿਟਲ ਦੇ ਵਿੱਚ ਸੀ ਇਹਦੇ ਉਦੋਂ ਕਿਤੇ ਕਿਹੜੇ ਹਸਪਤਾਲ 'ਚ ਲੈ ਕੇ ਗਏ ਸੀ ਸਿਵਲ ਹੋਸਪਿਟਲ 'ਚ ਲੈ ਕੇ ਗਏ ਸੀ ਉਦੋਂ ਪ੍ਰੋਪਰ ਕਿਸੇ ਢੰਗ ਵਾਲੀ ਦੀ ਕੇਅਰ ਨਹੀਂ ਹੋ ਸਕੀ ਅਤੇ ਉਦੋਂ ਕਿਸੇ ਦੀ ਵੀ ਛੋਟੀ ਜਿਹੀ ਅਣਗਹਿਲੀ ਦੇ ਕਾਰਨ ਅਤੇ ਅੱਜ ਨੌਜਵਾਨ ਬੰਦਾ ਅੱਜ ਬੱਚਾ ਜਿਹੜਾ ਹੈਗਾ ਮੇਰੀ ਮਾਤਾ ਬੈਠਾ ਹੈ ਕਿੰਨਾ ਨੂੰ ਦੁੱਖ ਭੋਗਣਾ ਪੈ ਰਿਹਾ ਇਸ ਲਈ ਸਾਨੂੰ ਲੈਸਨ ਇਹ ਵੀ ਲੈਣਾ ਚਾਹੀਦਾ ਕਿ ਜਦੋਂ ਵੀ ਬੱਚੇ ਨੂੰ ਛੋਟੇ ਨੂੰ ਕੋਈ ਦਿੱਕਤ ਹੁੰਦੀ ਹੈ ਅਤੇ ਸਮਾਜ ਦਾ ਪੇਰੈਂਟਸ ਦਾ ਅਤੇ ਹੋਸਪਿਟਲ ਦਾ ਇਹ ਫਰਜ਼ ਬਣਦਾ ਕਿ ਅਸੀਂ ਦੂਰ ਤੱਕ ਸੋਚ ਕੇ ਹੋਏ ਇਹਨਾਂ ਬੱਚਿਆਂ ਦੇ ਭਵਿੱਖ ਲਈ ਉਦੋਂ ਹੀ ਖਿਆਲ ਰੱਖੀਏ ਅੱਛਾ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਅਗਿਆਨਤਾ ਦਾ ਸਿੱਟਾ ਪੂਰਾ ਪਰਿਵਾਰ ਗੁਜ਼ਰਿਆ ਕੋਈ ਗੱਲ ਨਹੀਂ ਬੇਟਾ ਤੁਹਾਨੂੰ ਮਦਦ ਕਰਨਗੇ